ਹਾਂ ਵੀ ਮਿੱਤਰੋ ਕੀ ਹਾਲ ਚਾਲ ਹੈ ਸਵੇਰ ਸਵੇਰ ਦਾ ਟਾਈਮ ਹੈ ਸੰਡੇ ਦਾ ਦਿਨ ਹੈ ਤੇ ਆਪਣਾ ਕ੍ਰਿਕਟ ਦਾ ਮੈਚ ਹੈ ਆਪਾਂ ਹੁਣ ਨਿਕਲੇ ਆ ਕਮਰੇ ਤੋਂ ਬਾਹਰ ਤੇ ਆਪਾਂ ਖੋਲਿਆ ਦਰਵਾਜ਼ਾ ਤੇ ਅੱਛੀ ਜਈ ਅੰਗੜਾਈ ਲਈ ਉਸ ਤੋਂ ਬਾਅਦ ਤੋਂ ਤਾਂ ਮੂੰਹਾਂ ਆਪਾਂ ਪਾਏ ਫੇ ਕੱਪੜੇ ਤੇ ਫੇਰ ਆਪਾਂ ਬਣਾਉਣਾ ਸ਼ੁਰੂ ਕੀਤਾ ਆਪਾਂ ਮਿਲਕ ਸ਼ੇਕ ਮਿਲਕ ਸ਼ੇਕ ਦੇ ਵਿੱਚ ਚੀਜ਼ਾਂ ਪਾ ਕੇ ਚੀਜ਼ਾਂ ਪਾਣ ਤੋਂ ਬਾਅਦ ਆਪਾਂ ਨੇ ਆਪਾਂ ਪਾਣੀ ਸੀ ਆਈਸਕ੍ਰੀਮ ਆਪਾਂ ਪਾਈ ਆਈਸਕ੍ਰੀਮ ਆਈਸਕ੍ਰੀਮ ਪਾਉਣ ਤੋਂ ਬਾਅਦ ਆਪਾਂ ਫਿਰ ਚਮਚ ਰੱਖਿਆ ਸਾਈਡ ਤੇ ਉਸ ਤੋਂ ਬਾਅਦ ਟੱਕਣ ਕੀਤਾ ਬੰਦ ਬੰਦ ਟੱਕਣ ਕਰਕੇ ਆਪਾਂ ਰੱਖਿਆ ਆਈਸਕ੍ਰੀਮ ਅੰਦਰ ਆ ਲਓ ਜੀ ਉਸ ਤੋਂ ਬਾਅਦ ਆਪਾਂ ਚੈੱਕ ਕੀਤਾ ਆਹਾਹਾ ਮਜ਼ਾ ਆ ਗਿਆ ਫੇ ਆਪਾਂ ਪਾਈਪੂਟ ਕਿਉਂਕਿ ਆਪਾਂ ਆਲਰੇਡੀ ਲੇਟ ਹੋ ਰਹੀ ਸੀ ਕਾਲਾਂ ਤੇ ਕੁੱਲ ਆ ਰਹੀਆਂ ਸੀ ਵੇ ਆਪਾਂ ਸਨਸਕ੍ਰੀਨ ਲਾਈ ਜੋ ਕਿ ਬਹੁਤ ਜ਼ਰੂਰੀ ਹੈ ਆਸਟ੍ਰੇਲੀਆ ਦੇ ਇਸ ਕਰੰਟ ਵੈਦਰ ਦੇ ਵਿੱਚ ਕਿਉਂਕਿ ਇੱਥੇ ਗਰਮੀਆਂ ਚੱਲ ਰਹੀਆਂ ਪੂਰੀ ਦੁਨੀਆ 'ਚ ਸਰਦੀਆਂ ਚੱਲ ਰਹੀਆਂ ਇੱਥੇ ਗਰਮੀਆਂ ਚੱਲ ਰਹੀਆਂ ਉਸ ਤੋਂ ਬਾਅਦ ਆਪਣਾ ਖਿਲਾਰਾ ਜ਼ਿਆਦਾ ਪੈ ਗਿਆ ਸੀ ਫੇ ਆਪਾਂ ਖਿਲਾਰਾ ਖਤਮ ਕਰਕੇ ਬਾਹਰ ਨਿਕਲੇ ਤਾਂ ਦੇਖਿਆ ਧੁੱਪ ਤੇ ਇਦਾਂ ਲੱਗ ਰਹੀ ਸੀ ਜਿਦਾ ਅੱਗ ਪੈ ਰਹੀ ਆ ਆਪਾਂ ਜਲਦੀ ਜਲਦੀ ਗੱਡੀ ਕਟੀ ਪਾਰ ਗੱਡੀ ਕੱਢ ਕੇ ਸਾਈਡ ਤੇ ਸਿੱਧੀ ਲਾਈ ਫੇਰ ਆਪਾਂ ਨਿਕਲ ਗਏ ਆਪਾਂ ਫਿਰ ਮੁੜ ਕੇ ਨਹੀਂ ਦੇਖਿਆ ਕਿਉਂਕਿ ਮੈਂ ਆਲਰੇਡੀ ਲੇਟ ਹੋ ਰਿਹਾ ਸੀ ਮੈਂ ਉੱਥੇ ਫਿਰ ਪਹੁੰਚਿਆ ਬੌਇਸ ਸਟ੍ਰੈਚਿੰਗ ਕਰ ਰਹੀ ਸੀ ਟਾਸ ਹੋ ਚੁੱਕੀ ਸੀ ਤੇ ਆਪਣੀ ਟੀਮ ਪਹਿਲੇ ਬੈਟਿੰਗ ਕਰ ਰਹੀ ਸੀ ਦੋ ਮੁੰਡੇ ਆਪਣੇ ਚਲੇ ਗਏ ਸੀ ਬੈਟਿੰਗ ਕਰਨ ਵਾਸਤੇ ਤੇ ਮੈਂ ਆਪਣਾ ਪ੍ਰੈਕਟਿਸ ਤੇ ਲੱਗ ਗਿਆ ਸੀ ਉਸ ਤੋਂ ਬਾਅਦ ਸ਼ੇਰ ਨੇ ਥੋੜੀ ਬਹੁਤ ਬੋਲਿੰਗ ਦੀ ਪ੍ਰੈਕਟਿਸ ਕੀਤੀ ਜੋ ਕਿ ਅੱਛੀ ਰਹੀ ਉਸ ਤੋਂ ਬਾਅਦ ਆਪਾਂ ਪੈਡ ਅਪ ਹੋਏ ਕਿਉਂਕਿ ਦੋ ਵਿਕਟਾਂ अर्ਲੀ ਚਲ ਗਈਆਂ ਸੀ ਆਪਾਂ ਪਰ ਥੋੜੀ ਸਟ੍ਰੈਚਿੰਗ ਕੀਤੀ ਫਿਰ ਮੈਂ ਜਦੋਂ ਦੇਖਿਆ ਕਿ 1 2 3 4 ਚਾਰ ਮੁੰਡੇ ਪੈਡ ਅਪ ਕਰ ਰਹੇ ਨੇ ਤੇ ਫੇ ਆਪਾਂ ਪੈਡ ਲਾਉਣੇ ਸਟਾਰਟ ਕਰਦੇ ਕਿਉਂਕਿ ਆਪਾਂ ਨੂੰ ਪਤਾ ਸੀ ਕਿ ਇਹਨਾਂ ਨੇ ਆਪਾਂ ਨੂੰ ਜਾਣ ਨਹੀਂ ਦੇਣਾ ਆਪਣੀ ਇਨਿੰਗ ਮੁੱਕੀ ਆਪਾਂ ਬਣਾਇਆ 167 168 ਦਾ ਟਾਰਗੇਟ ਉਸਕੇ ਬਾਅਦ ਹਮ ਕੇ ਫੀਲਡਿੰਗ ਤੇ ਤੇ ਉਸ ਤੋਂ ਬਾਅਦ ਇੱਥੇ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਮੈਚ ਹਾਰ ਚੁੱਕੇ ਹਾਂ 2 ਓਵਰ ਪਹਿਲੇ ਹੀ ਉਹਨਾਂ ਨੇ ਚੇਜ਼ ਕਰ ਲਿਆ ਮੈਚ ਬਹੁਤ ਅੱਛਾ ਸੀ ਬੁਆਏਸ ਨੇ ਫੁੱਲ ਐਫਰਟ ਦਿਖਾਈ ਆਪਣੀ ਤੇ ਫੇ ਮੈਂ ਇੰਨਾ ਗਰਮੀ ਬਹੁਤ ਸੀ ਤੇ ਮੈਂ ਜਿਹੜੀ ਇਹ ਗੱਡੀ ਸੀ ਤਾਂ ਘਰ ਜਾ ਕੇ ਰੋਕੀ ਤੇ ਆਪਣੀ ਰੀਲ ਗਈ ਆ ਮੁੱਕ ਆਪਣਾ ਸੰਡੇ ਸੀ ਜਿਹੜਾ ਉਹ ਇੰਨਾ ਵਧੀਆ ਨਹੀਂ ਰਿਹਾ ਉਮੀਦ ਆ ਤੁਹਾਨੂੰ ਰੀਲ ਅੱਛੀ ਲੱਗੀ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ You have to leave me heartless. Baby, you're my biggest problem.